ਪੰਜਾਬ ਦੇ ਵਿੱਚ ਅੱਜ ਇੱਕ ਐਸੇ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿੱਥੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਲਈ ਜੋ ਹੈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਏਗਾ। ਔਰ ਪਹਿਲਾ ਪੰਜਾਬ ਦਾ ਇੱਕ ਐਸਾ ਸਕੂਲ ਜੋ ਹੈ ਖੁੱਲ੍ਹਣ ਜਾ ਰਿਹਾ ਜਿੱਥੇ ਕਿ ਸਵਿਮਿੰਗ ਪੂਲ ਦੀ ਜਿਹੜੀ ਸਹੂਲਤ ਹੈ ਉਹ ਵੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਏਗੀ। ਇਸ ਵੇਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਕੂਲ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬਿਲਕੁਲ ਵੱਖਰੀ ਦਿੱਖ ਜਿਹੜੀ ਹੈ ਪੰਜਾਬ ਦੇ ਸਰਕਾਰੀ ਸਕੂਲ ਦੀ ਨਜ਼ਰ ਆ ਰਹੀ। ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਸਕੂਲ ਆਫ ਐਮੀਨੈਂਸ ਦੀ ਜਿਹੜੀ ਸ਼ੁਰੂਆਤ ਹੈ ਉਹ ਸਰਕਾਰ ਵੱਲੋਂ ਕੀਤੀ ਗਈ ਸੀ ਤਾਂ ਮੰਤਰੀ ਸਾਹਿਬ ਸਾਡੇ ਨਾਲ ਨੇ। ਔਰ ਨਾਲ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਵੀ ਦੇਣਾ ਚਾਹੁੰਦਾ ਕਿ ਇੱਕ ਵੱਖਰੀ ਤਸਵੀਰ ਨਜ਼ਰ ਆਈ ਹੈ। ਹਾਲਾਂਕਿ ਸਕੂਲ ਆਫ ਐਮੀਨੈਂਸ ਬਾਰੇ ਪਹਿਲਾਂ ਵੀ ਲੋਕ ਜਾਣ ਚੁੱਕੇ ਨੇ ਪਰ ਸਵਿਮਿੰਗ ਪੂਲ ਪਹਿਲੀ ਵਾਰ ਸਰਕਾਰੀ ਸਕੂਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਹਾਡੀ ਵੀ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ। ਦੇਖੋ ਜੀ, ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਕੀਤਾ ਅਤੇ ਇੱਕ ਜਿਹੜਾ ਰਿਕਾਰਡ ਇਤਿਹਾਸਿਕ ਜਿਹੜਾ ਮੈਂਡੇਟ ਹੈ 92 ਸੀਟਾਂ ਦਾ ਉਹ ਦਿੱਤਾ ਅਤੇ ਸਾਡੇ ਲੀਡਰਸ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਸਿਹਤ ਅਤੇ ਸਿੱਖਿਆ 'ਤੇ ਕੰਮ ਹੋਊਗਾ। ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਦੋਨੋਂ ਹੀ ਪਾਸੇ, ਜਿਵੇਂ ਕੱਲ੍ਹ ਤੁਸੀਂ ਦੇਖਿਆ ਕਿ 150 ਤੋਂ ਉੱਤੇ ਆਮ ਆਦਮੀ ਕਲੀਨਿਕ, ਹੁਣ ਪੰਜਾਬ ਦੇ ਵਿੱਚ 800 ਤੋਂ ਵੱਧ ਆਮ ਆਦਮੀ ਕਲੀਨਿਕ ਜਿੱਥੇ ਹੁਣ ਤੱਕ 1 ਕਰੋੜ ਤੋਂ ਵੱਧ ਲੋਕ ਜਿਹੜੇ ਆ ਉਹ ਆਪਣਾ ਇਲਾਜ ਕਰਾ ਚੁੱਕੇ ਨੇ। ਉੱਦਾਂ ਹੀ ਅਸੀਂ ਸਰਕਾਰੀ ਸਕੂਲਾਂ 'ਚ ਇੱਕ ਵੱਡੇ ਲੈਵਲ 'ਤੇ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ। ਸਿਰਫ ਸਕੂਲ ਆਫ ਐਮੀਨੈਂਸ ਨਹੀਂ, ਅਗਰ ਤੁਸੀਂ ਦੇਖੋ ਪੰਜਾਬ ਦੇ ਵਿੱਚ 20,000 ਸਰਕਾਰੀ ਸਕੂਲ ਹੈ, 20,000 ਸਰਕਾਰੀ ਸਕੂਲਾਂ ਦੇ ਵਿੱਚੋਂ 18,000 ਸਰਕਾਰੀ ਸਕੂਲਾਂ 'ਚ ਕੋਈ ਨਾ ਕੋਈ ਕੰਮ ਚੱਲਦਾ ਪਿਆ। ਕਿਤੇ ਚਾਰ ਦੀਵਾਰੀ 1200 ਕਿਲੋਮੀਟਰ ਤੋਂ ਲੰਬੀਆਂ ਚਾਰ ਦੀਵਾਰੀਆਂ ਅਸੀਂ ਪਿਛਲੇ 1 ਸਾਲ ਦੇ ਵਿੱਚ ਬਣਾਈਆਂ ਨੇ। ਇੱਦਾਂ ਹੀ ਅੱਜ 13 ਸਕੂਲ ਆਫ ਐਮੀਨੈਂਸ, ਇੱਕ ਪਹਿਲਾਂ ਲਾਂਚ ਕਰ ਚੁੱਕੇ ਹਾਂ ਆਪਾਂ ਅੰਮ੍ਰਿਤਸਰ, ਅਤੇ ਅੱਜ 13 ਹੋਰ ਦਾ ਉਦਘਾਟਨ ਹੈ ਜਿਨ੍ਹਾਂ ਵਿੱਚੋਂ ਇੱਕ ਦੇ ਵਿੱਚ ਅਸੀਂ ਪਹੁੰਚੇ ਹਾਂ। ਇੱਕ ਤੁਹਾਨੂੰ ਰੋਕ ਰਿਹਾ ਇਸ ਕਰਕੇ ਕਿਉਂਕਿ ਸਾਹਮਣੇ ਜਿਹੜੀ ਤਸਵੀਰ ਨਜ਼ਰ ਆ ਰਹੀ ਮੈਂ ਦਿਖਾਉਣੀ ਚਾਹੂੰਗਾ ਕੈਮਰੇ ਦੇ ਵਿੱਚ, ਤਾਂ ਇਹ ਕੋਈ ਪ੍ਰਾਈਵੇਟ ਕੋਈ ਕਲੱਬ ਜਾਂ ਕੋਈ ਪ੍ਰਾਈਵੇਟ ਕਾਲਜ ਨਹੀਂ ਬਲਕਿ ਪੰਜਾਬ ਦਾ ਸਰਕਾਰੀ ਸਕੂਲ ਹੈ। ਹੈਰਾਨ ਜ਼ਰੂਰ ਹਰ ਕੋਈ ਹੋ ਰਿਹਾ ਹੋਵੇਗਾ ਤਸਵੀਰ ਦੇਖ ਕੇ, ਨਾਲ ਨਾਲ ਮੰਤਰੀ ਸਾਹਿਬ ਨਾਲ ਗੱਲਬਾਤ ਵੀ ਕਰਦੇ ਹਾਂ। ਤਾਂ ਸਰ, ਪੜ੍ਹਾਈ ਦੇ ਨਾਲ ਨਾਲ ਹਾਲਾਂਕਿ ਸਰਕਾਰ ਦੀ ਕੋਸ਼ਿਸ਼ ਤਾਂ ਇਹੀ ਕਿ ਖੇਡਾਂ ਦੇ ਲਈ ਵੀ ਪ੍ਰੇਰਿਤ ਕੀਤਾ ਜਾਣਾ, ਪਰ ਮੈਂ ਇਹ ਗਲਤ ਨਹੀਂ ਹੋਏਗਾ ਕਿ ਪੰਜਾਬ ਦਾ ਇਹ ਪਹਿਲਾ ਸਕੂਲ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਏਗਾ? ਜੀ, ਮੈਂ ਤੁਹਾਨੂੰ ਇਸ ਦੇ ਨਾਲ ਨਾਲ ਇਹ ਵੀ ਦੱਸ ਦੇਵਾਂ ਇਕੱਲਾ ਪੰਜਾਬ ਦਾ ਪਹਿਲਾ, ਮੈਂ ਜਿਵੇਂ ਤੁਸੀਂ ਆਖਿਆ ਕਿਸੇ ਕਲੱਬ ਦੇ ਵਿੱਚ ਦਿਸ ਇਜ਼ ਦਾ ਬੈਸਟ ਸਵਿਮਿੰਗ, ਇਹ ਪੰਜਾਬ ਦਾ ਸਭ ਤੋਂ ਸ਼ਾਨਦਾਰ ਸਵਿਮਿੰਗ ਪੂਲ ਹੈ। ਉਹਦਾ ਕਾਰਨ ਇਹ ਹੈ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਡਾਈਵਿੰਗ ਪੈਡਸ 'ਤੇ ਲਾਈਨਸ ਲੱਗ, ਯਾਨੀ ਪ੍ਰੋਫੈਸ਼ਨਲ ਸਵਿਮਿੰਗ, ਕਿਉਂਕਿ ਸਕੂਲ ਹੈ, ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਸਵਿਮਿੰਗ ਸਿੱਖਣ ਵੀ ਅਤੇ ਉਹ ਸਪੋਰਟਸ 'ਚ ਐਕਸਲ ਕਰਨ, ਸਵਿਮਿੰਗ ਦੇ ਵਿੱਚ ਭਾਰਤ ਮੈਡਲ ਲੈ ਕੇ ਆਵੇ, ਪੰਜਾਬ ਦਾ ਨਾਮ ਰੋਸ਼ਨ ਹੋ। ਪਿੱਛੇ ਤਾਂ ਬੱਚਿਆਂ ਦੇ ਵਿੱਚ ਕੋਈ ਜੋਸ਼ ਵੀ ਨਜ਼ਰ ਆ ਰਿਹਾ, ਮੈਂ ਚਾਹੂੰਗਾ ਉਹ ਵੀ ਨਾਲ ਨਾਲ ਤਸਵੀਰ ਦਿਖਾਈਏ। ਤਾਂ ਇਹ ਉਹੀ ਵਿਦਿਆਰਥੀ ਨੇ ਜਿਹੜੇ ਕਿ ਸ਼ਾਇਦ ਪਹਿਲਾਂ ਕਿਸੇ ਪ੍ਰਾਈਵੇਟ ਪੂਲ ਦੇ ਉੱਤੇ ਜਾ ਕੇ ਜਾਂ ਪੈਸੇ ਖਰਚ ਕੇ ਆਪਣੀ ਟ੍ਰੇਨਿੰਗ ਲੈਂਦੇ ਹੋਣਗੇ, ਤਾਂ ਹੁਣ ਸ਼ਾਇਦ ਉਹਨਾਂ ਦੇ ਵਿੱਚ ਵੀ ਇਸੇ ਕਰਕੇ ਉਤਸ਼ਾਹ ਕਿ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਇਹ ਜਿਹੜੀ ਮੁਫਤ ਦੇ ਵਿੱਚ ਸੇਵਾ ਦੇ ਦਿੱਤੀ ਗਈ। ਅਗਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ, 23 ਜ਼ਿਲ੍ਹੇ ਆ ਪੰਜਾਬ ਦੇ, ਸਾਡੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ 1 ਸਕੂਲ ਘੱਟੋ ਘੱਟ ਇੱਦਾਂ ਦਾ ਹੋਵੇ ਜਿੱਥੇ ਸਵਿਮਿੰਗ ਪੂਲ ਹੋਵੇ, ਤਾਂ ਕਿ ਜ਼ਿਲ੍ਹੇ ਦੇ ਬਾਕੀ ਸਕੂਲ ਸਰਕਾਰੀ ਸਕੂਲਾਂ ਦੇ ਬੱਚੇ ਨੇ ਵੀ ਅਗਰ ਯੂਜ਼ ਕਰਨਾ, ਜਿਵੇਂ ਅਸੀਂ ਇਹ ਸਵਿਮਿੰਗ ਪੂਲ ਜਦੋਂ ਸਕੂਲ ਤੋਂ ਬਾਅਦ 5 ਵਜੇ ਤੋਂ ਬਾਅਦ ਅਸੀਂ ਬਾਕੀ ਸਰਕਾਰੀ ਸਕੂਲਾਂ ਦੇ ਬੱਚੇ, ਈਵਨ ਬੱਚੇ ਹੈ ਪੰਜਾਬ ਦੇ ਹੈ, ਈਵਨ ਅਗਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਆਉਣਾ ਚਾਹਣਗੇ, ਅਸੀਂ ਉਹਨਾਂ ਲਈ ਵੀ ਖੋਲ੍ਹਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਗਰ ਅਸੀਂ ਇਹ ਫੈਸਿਲਿਟੀ ਬਣਾਈ ਹੈ ਤਾਂ ਇਹਦਾ ਵੱਧ ਤੋਂ ਵੱਧ ਯੂਜ਼ ਹੋਵੇ ਅਤੇ ਬੱਚੇ ਖੇਡਾਂ 'ਚ ਨਾਮ ਰੋਸ਼ਨ ਕਰਨ। ਇੱਦਾਂ ਹੀ ਹਰ ਜ਼ਿਲ੍ਹੇ 'ਚ 1 ਸਕੂਲ ਹੋਵੇ ਜਿੱਥੇ ਸ਼ੂਟਿੰਗ ਰੇਂਜ ਹੋਵੇ। ਸ਼ੂਟਿੰਗ ਇੱਕ ਮਹਿੰਗੀ ਸਪੋਰਟਸ ਹੈ, ਹੋ ਸਕਦਾ ਕਿ ਬੱਚਾ ਬਹੁਤ ਸ਼ਾਨਦਾਰ ਸ਼ੂਟਰ ਬਣ ਸਕਦਾ ਹੈ ਪਰ ਕਿਉਂਕਿ ਉਹਦੇ ਕੋਲ ਉਨੇ ਪੈਸੇ ਨਹੀਂ ਹੈ, ਉਹਨੂੰ ਕਦੀ ਹੋ ਸਕਦਾ ਕਦੀ ਸ਼ੂਟਿੰਗ ਕਰਕੇ ਦੇਖੀ ਨਾ ਹੋਵੇ, ਤਾਂ 1 ਜ਼ਿਲ੍ਹੇ ਦੇ ਵਿੱਚ ਘੱਟੋ ਘੱਟ 1 ਸਕੂਲ ਜਿੱਥੇ ਸਵਿਮਿੰਗ ਪੂਲ ਹੋਵੇ, 1 ਸਕੂਲ ਜਿੱਥੇ ਸ਼ੂਟਿੰਗ ਰੇਂਜ ਹੋਵੇ ਅਤੇ 1 ਸਕੂਲ ਜਿੱਥੇ ਹਾਕੀ ਦੀ ਐਸਟ੍ਰੋ ਟਰਫ ਹੋਵੇ।
ਤੇ ਬਹੁਤ ਜਲਦੀ ਤੁਹਾਨੂੰ ਅਗਲੇ 5-6 ਮਹੀਨਿਆਂ ਦੇ ਵਿੱਚ ਹੀ ਅਗਲੀ ਵਾਰੀ ਸ਼ੂਟਿੰਗ ਰੇਂਜ ਤੇ ਐਸਟ੍ਰੋਟਰਫ ਵਾਲੇ ਸਕੂਲ ਦਿਖਾਵਾਂਗੇ। ਸਰ, ਸਕੂਲਾਂ ਦੀ ਜਿਹੜੀ ਸਟਰੈਂਥ ਹੈ, ਤੁਹਾਨੂੰ ਨਹੀਂ ਲੱਗਦਾ ਕਿ ਜੇ ਇੰਨੀਆਂ ਫੈਸਿਲਿਟੀਆਂ ਦਿਓਗੇ ਸਟਰੈਂਥ ਵਧੇਗੀ ਤਾਂ ਹੋਰ ਇਮਾਰਤਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਾ ਰਹੇ ਹਾਂ ਜੀ। ਹੁਣ ਵੀ 80 ਨਵੇਂ ਬਲੋਕ ਬਣ ਰਹੇ ਨੇ ਸਕੂਲ ਆਫ ਐਮੀਨੈਂਸ ਦੇ ਵਿੱਚ ਹੀ, ਸਾਨੂੰ 80 ਨਵੇਂ ਬਲੋਕ ਬਣਾਉਣੇ ਪੈ ਰਹੇ ਨੇ ਕਿਉਂਕਿ ਬੱਚਿਆਂ ਦੇ ਦਾਖਲੇ ਵੱਧ ਰਹੇ ਨੇ। ਅਤੇ ਮੈਂ ਤਾਂ ਹੁਣ ਵੀ ਬਹੁਤ ਸਾਰੇ ਪੇਰੈਂਟਸ ਕਰਦੇ ਰਹਿੰਦੇ ਨੇ ਜੀ, ਪ੍ਰਾਈਵੇਟ ਸਕੂਲ ਨੇ ਸਾਡੇ ਤੋਂ ਕਿਤਾਬ ਮਹਿੰਗੀ ਲੈ ਲਈ ਹੈ ਮੈਂ ਕਹੂੰਗਾ ਠੀਕ ਹੈ, ਅਗਰ ਤੁਹਾਨੂੰ ਬਿਲਕੁਲ ਸ਼ੌਂਕ ਹੈ ਤੁਸੀਂ ਪੜ੍ਹਾਓ ਅਗਰ ਅਫੋਰਡ ਕਰ ਸਕਦੇ ਹੋ, ਬਟ ਅਗਰ ਤੁਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਪਲੀਜ਼ ਸਾਡੇ ਸਕੂਲਾਂ ਦੇ ਉੱਤੇ ਵਿਸ਼ਵਾਸ ਕਰਕੇ ਦੇਖੋ। ਮੈਂ ਹਰ ਵੇਲੇ ਅਵੇਲੇਬਲ ਹੈ, ਅਗਰ ਕੋਈ ਕਮੀ ਵੀ ਹੈ ਠੀਕ ਹੈ ਨਾ, ਜਿਵੇਂ ਕਿਤੇ ਕਈ ਸਕੂਲਾਂ 'ਚ ਤੁਹਾਡੇ ਟੀਚਰਸ ਦੀ ਹਜੇ ਰਿਕਰੂਟਮੈਂਟ ਚੱਲ ਰਹੀ ਹੈ, ਲੈਕਚਰਰਸ ਆ ਰਹੇ ਨੇ, ਤੁਸੀਂ ਵਿਸ਼ਵਾਸ ਰੱਖੋ ਅਸੀਂ ਉਹ ਕਮੀ ਦੂਰ ਕਰਕੇ ਦੇਵਾਂਗੇ। ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਨਾ ਹੋਵੇ ਕਿ ਆਪਣਾ ਯਾਨੀ ਗਲਾ ਘੋਟ ਕੇ ਤੁਸੀਂ ਆਪਣੇ ਬੱਚਿਆਂ ਨੂੰ, ਹਾਂ ਤੁਸੀਂ ਅਫੋਰਡ ਕਰ ਸਕਦੇ ਜ਼ਰੂਰ ਪੜ੍ਹਾਓ, ਮੈਨੂੰ ਕੋਈ ਪ੍ਰਾਈਵੇਟ ਸਕੂਲਾਂ ਦੇ ਨਾਲ ਤਕਲੀਫ ਨਹੀਂ, ਪਰ ਆਪਣਾ ਗਲਾ ਘੋਟ ਕੇ ਬੱਚਿਆਂ ਨੂੰ ਸਿਰਫ ਇੱਕ ਈਗੋ ਕਰਕੇ ਨਾ ਪੜ੍ਹਾਓ ਅਤੇ ਇੱਥੇ ਆਓ, ਇਹਨਾਂ ਬੱਚਿਆਂ ਨੂੰ ਮਿਲੋ। ਇਹਨਾਂ ਬੱਚਿਆਂ ਦੇ ਤੁਸੀਂ ਮੈਂ ਆਪ ਦੇਖਿਆ 1.5-2 ਸਾਲ 'ਚ, ਅਸੀਂ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ 'ਚ ਕੌਨਫੀਡੈਂਸ ਨਹੀਂ ਹੁੰਦਾ ਸੀ, ਅੱਜ ਤੁਸੀਂ ਇਹਨਾਂ ਬੱਚਿਆਂ ਨਾਲ ਤੁਸੀਂ ਜਾ ਕੇ ਖੁਦ ਗੱਲ ਕਰ ਲਓ, ਕਿਸੇ ਵੀ ਬੱਚੇ ਨਾਲ, ਜਿੰਨੇ ਬੱਚੇ ਸਕੂਲ 'ਚ ਹੈ ਕਿਸੇ ਇੱਕ ਬੱਚੇ ਨਾਲ, ਤੁਹਾਨੂੰ ਅਗੇ ਨਹੀਂ ਕੋਈ ਸਿਲੈਕਟਡ ਬੱਚਾ, ਜਿਹੜਾ ਬੱਚਾ ਤੁਹਾਨੂੰ ਪਸੰਦ। ਬੜੀ ਜ਼ਰੂਰੀ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ, ਤੁਸੀਂ ਕਿਹਾ ਕਿ ਅਸੀਂ ਲੋਕਾਂ ਨੂੰ ਇੱਧਰ ਲਿਆਉਣ ਦੇ ਲਈ ਪ੍ਰੇਰਿਤ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਇੱਕ ਦੁਵਿਧਾ ਲੋਕਾਂ ਦੇ ਮਨ 'ਚ ਇਹ ਰਹੇਗੀ ਕਿ ਸ਼ਾਇਦ ਸਕੂਲ ਆਫ ਐਮੀਨੈਂਸ ਦੇ ਵਿੱਚ ਬਹੁਤੀਆਂ ਵਧੀਆ ਫੈਸਿਲਿਟੀਜ਼ ਨੇ, ਬਾਕੀ ਸਰਕਾਰੀ ਸਕੂਲ ਸ਼ਾਇਦ ਪਹਿਲਾਂ ਵਾਂਗ ਨੇ, ਉਹ ਜ਼ਰੂਰ ਸਪਸ਼ਟ ਕਰੋ। ਇਸ ਵਾਰੀ ਬਜਟ ਦੇ ਵਿੱਚ ਬਹੁਤ ਅਨਾਊਂਸਮੈਂਟਸ ਦੇਖਣ ਨੂੰ ਮਿਲਣਗੀਆਂ, ਅਸੀਂ ਹਰ ਸਕੂਲ ਨੂੰ ਠੀਕ ਕਰ ਰਹੇ ਹਾਂ ਆਪਣੇ ਵੱਲੋਂ, ਸਿਰਫ ਇਹ ਨਹੀਂ ਕਿ 117 ਸਕੂਲ, ਜਿਵੇਂ ਮੈਂ ਖੁਦ ਹੀ ਆਖਿਆ ਕਿ 20,000 ਵਿੱਚੋਂ 18,000 ਸਕੂਲਾਂ 'ਚ ਕੰਮ ਚੱਲ ਰਿਹਾ। ਅਗਰ ਜੋ ਜੋ ਸੁਣ ਰਿਹਾ ਹੋਊਗਾ ਦੇਖਣਗੇ ਕਿ ਉਹਨਾਂ ਦੇ ਪਿੰਡ ਦੇ ਸਕੂਲ ਦੇ ਵਿੱਚ ਜਿੱਥੇ ਜਿੱਥੇ 4 ਦੀਵਾਰੀ ਨਹੀਂ ਸੀ ਉਹ 4 ਦੀਵਾਰੀ ਬਣ ਰਹੀ ਹੈ। ਪੰਜਾਬ ਦੇ ਵਿੱਚ 18,000 ਸਕੂਲਾਂ 'ਚ ਕੋਈ ਨਾ ਕੋਈ ਕੰਮ ਚੱਲਦਾ ਪਿਆ। ਤੁਸੀਂ ਆਪਣੇ ਪਿੰਡ ਦੇ ਆਪਣੇ ਮੁਹੱਲੇ ਦੇ ਸਰਕਾਰੀ ਸਕੂਲ 'ਚ ਜਾ ਕੇ ਪੁੱਛਿਓ ਕਿ ਪਿਛਲੇ 1 ਜਾਂ 1.5 ਸਾਲ 'ਚ ਜਾਂ 2 ਸਾਲ 'ਚ ਕਿੰਨੀ ਗ੍ਰਾਂਟ ਆਈ, ਉਹ ਆਪ ਕਹਿਣਗੇ ਕਿ ਅੱਜ ਤੱਕ ਅੱਗੇ ਸਾਨੂੰ ਕਮਰਾ ਠੀਕ ਕਰਾਉਣਾ, ਕਮਰੇ ਬਣਾਉਣ ਦੇ ਲਈ ਸਾਨੂੰ ਲੋਕਾਂ ਤੋਂ ਪੈਸੇ ਮੰਗਣੇ ਪੈਂਦੇ ਸੀ, ਆਪਣੇ ਰਿਸ਼ਤੇਦਾਰਾਂ ਤੋਂ, ਇਹਨਾਂ ਰਿਸ਼ਤੇ ਡਿਪੈਂਡੈਂਟ। ਪਹਿਲੀ ਵਾਰੀ ਆ ਕਿ ਹੁਣ ਮੈਨੂੰ ਟੀਚਰਸ ਕਹਿੰਦੇ ਕਿ ਸਰ ਬਸ ਕਰੋ ਜੀ, ਕਿ ਸਾਡੇ ਸਕੂਲ ਨੂੰ ਗ੍ਰਾਂਟ ਹੋਰ ਨਹੀਂ ਚਾਹੀਦੀ, ਕਿਉਂਕਿ ਇਹੀ ਸਾਡਾ ਫਰਜ਼ ਸੀ, ਇਹ ਵਾਅਦਾ ਕੀਤਾ ਸੀ ਪੰਜਾਬ ਨਾਲ, ਅਤੇ ਇਹ ਨਹੀਂ ਕਿ ਕੁਛ ਸਪੈਸ਼ਲ ਕਰ ਰਹੇ ਹਾਂ। ਮੈਨੂੰ ਇਹ ਲੱਗਦਾ ਇਹ ਸਾਡੀ ਡਿਊਟੀ ਹੈ, ਇਹ ਪੰਜਾਬ ਦੇ ਲੋਕਾਂ ਨੇ ਸੇਵਾ ਲਾਈ ਹੈ ਅਤੇ ਅਸੀਂ ਉਹ ਸੇਵਾ ਹੀ ਨਿਭਾ ਰਹੇ ਹਾਂ, ਆਪਣਾ ਕਰਮ ਕਰ ਰਹੇ ਹਾਂ। ਆਖਰੀ ਸਵਾਲ, ਜਿੰਨੇ ਵੀ ਹੋਰਡਿੰਗਸ ਲੱਗੇ ਨੇ ਜਿਹਦੇ 'ਤੇ ਕੇਜਰੀਵਾਲ ਸਾਹਿਬ ਦੀ, ਭਗਵੰਤ ਮਾਨ ਦੀ ਤਸਵੀਰ ਹੈ ਮਾਨ ਸਾਹਿਬ ਦੀ, ਉਹਦੇ ਉੱਤੇ ਲਿਖਿਆ ਕਿ ਪੰਜਾਬ ਦੇ ਸਿੱਖਿਆ ਕ੍ਰਾਂਤੀ ਵੱਲ ਵਧੇ ਕਦਮ, ਤਾਂ ਕਿੰਨੀ ਕੁ ਤੇਜ਼ੀ ਨਾਲ ਇਹ ਕਦਮ ਵੱਧ ਰਹੇ ਹੈ ਔਰ ਇਹ ਕ੍ਰਾਂਤੀ ਕਦੋਂ ਤੱਕ ਪੂਰਨ ਤੌਰ 'ਤੇ ਲਗਾਤਾਰ ਲੱਗੇ ਹੋਏ ਹਾਂ ਜੀ? ਹਰ ਇੱਕ ਪਲ ਅਸੀਂ, ਮੇਰੇ ਸਾਰੇ ਟੀਚਰਸ ਬਹੁਤ ਮਿਹਨਤ ਕਰ ਰਹੇ ਨੇ, ਉਹ ਮੇਰੇ ਸਾਰੇ ਬੱਚੇ, ਸਾਡੇ ਮਿਡ ਡੇ ਮੀਲ ਵਰਕਰ, ਸਾਰੇ ਅਸੀਂ ਲੱਗੇ ਹੋਏ ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਲਈ। ਤਾਂ ਇਹ ਸਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ, ਤਾਂ ਉਹਨਾਂ ਨੇ ਪੂਰੀ ਜਿਹੜੀ ਜਾਣਕਾਰੀ ਵੀ ਸਾਂਝੀ ਕੀਤੀ ਔਰ ਨਾਲ ਦੀ ਨਾਲ ਇੱਕ ਵਾਰ ਮੈਂ ਫਿਰ ਤੋਂ ਉਹ ਤਸਵੀਰ ਦਿਖਾ ਦਿਆਂ ਕਿ ਪੰਜਾਬ ਦਾ ਇਹ ਪਹਿਲਾ ਸਰਕਾਰੀ ਸਕੂਲ ਹੈ ਜਿੱਥੇ ਕਿ ਸਵਿਮਿੰਗ ਪੂਲ ਦੀ ਜਿਹੜੀ ਸੇਵਾ ਹੈ ਉਹ ਵੀ ਸੁਵਿਧਾ ਜਿਹੜੀ ਉਹ ਵੀ ਮੁਹੱਈਆ ਕਰਵਾਈ ਗਈ ਹੈ ਵਿਦਿਆਰਥੀਆਂ ਨੂੰ। ਤਾਂ ਮੰਤਰੀ ਸਾਹਿਬ ਨੇ ਇਹ ਵੀ ਨਾਲ ਦੀ ਨਾਲ ਗੱਲ ਕਹੀ ਕਿ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਅਸੀਂ ਸਿੱਖਿਆ ਕ੍ਰਾਂਤੀ ਵਾਲੇ ਪਾਸੇ ਵੱਧ ਰਹੇ ਹਾਂ, ਤਾਂ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਜਿਹੜੀਆਂ ਐਡਮਿਸ਼ਨਸ ਨੇ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਰਹੀਆਂ ਨੇ, ਤਾਂ ਇਸ ਕਰਕੇ ਸਕੂਲ ਆਫ ਫੈਮੀਨੈਂਸ ਦੀਆਂ ਇਮਾਰਤਾਂ ਦੇ ਨਾਲ ਨਾਲ ਪੰਜਾਬ ਦੇ ਜਿੰਨੇ ਵੀ, ਚਾਹੇ ਕੋਈ ਸ਼ਹਿਰ ਹੈ, ਕਸਬਾ ਹੈ, ਪਿੰਡ ਹੈ, ਤਾਂ ਹਰ ਇੱਕ ਸਰਕਾਰੀ ਸਕੂਲ ਦੀ ਜਿਹੜੀ ਦਿੱਖ ਹੈ ਉਸ ਨੂੰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਦੇ ਵਿੱਚ ਪ੍ਰਾਈਵੇਟ ਸਕੂਲਾਂ ਵਰਗੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ, ਤਾਂ ਕਿ ਬੱਚੇ ਮੋਟੀਆਂ ਫੀਸਾਂ ਖਰਚ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਨ ਦੀ ਬਜਾਏ ਸਰਕਾਰੀ ਸਕੂਲਾਂ ਵਾਲੇ ਪਾਸੇ ਰੁਖ ਕਰਨ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਲੁਧਿਆਣਾ।